ਦੋਸਤੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ GDS Education ਦੇ ਵਿੱਚ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਕੇ ਸਬਸਕ੍ਰਾਈਬ ਕਰ ਲਵੋ ਅਤੇ ਉਸਦੇ ਨਾਲ ਹੀ ਜੋ ਘੰਟੀ ਵਾਲਾ ਬਟਨ ਹੈ ਉਸਤੇ ਉੱਪਰ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਨੂੰ ਕਰ ਲਵੋ ਆਨ ਤਾਂ ਜੋ ਤੁਹਾਨੂੰ ਚੈਨਲ ਦੇ ਉੱਪਰ ਆਉਣ ਵਾਲੀਆਂ ਜੋ ਵੀ ਲੇਟੈਸਟ ਵੀਡੀਓਜ਼ ਅਤੇ ਇਨਫੋਰਮੇਸ਼ਨ ਹੋਵੇਗੀ ਉਹਨਾਂ ਸਾਰਿਆਂ ਦਾ ਨੋਟੀਫਿਕੇਸ਼ਨ ਮਿਲ ਸਕੇ ਸਾਰਿਆਂ ਤੋਂ ਪਹਿਲਾਂ ਦੋਸਤੋ ਅੱਜ ਦੀ ਜੋ ਵੀਡੀਓ ਹੈ ਜੋ ਪੀਐਸਪੀਸੀਐਲ ਏਲਮ 2024 ਦੀ ਭਰਤੀ ਬਾਰੇ ਹੈ ਜੋ ਕਿ 2500 ਸਹਾਇਕ ਏਲਮ ਭਰਤੀ ਕਰਨੇ ਸੀ ਉਹਨਾਂ ਦੇ ਸਬੰਧ ਵਿੱਚ ਹੈ ਉਹਨਾਂ ਦੇ ਸਬੰਧ ਵਿੱਚ ਕੀ ਨਵੀਂ ਅਪਡੇਟ ਆਈ ਹੈ ਤੇ ਕੁਝ ਹੋਰ ਜਿਹੜੇ ਤੁਹਾਡੇ ਪਿਛਲੇ ਵੀਡੀਓ ਦੇ ਉੱਪਰ ਕਮੈਂਟ ਆਏ ਸੀ ਉਹਨਾਂ ਸਾਰਿਆਂ ਦੇ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿੱਤੇ ਜਾਣਗੇ ਸੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਵੀਡੀਓ ਦੇ ਵਿੱਚ ਇਹ ਵੀ ਡਿਸਕਸ ਕਰਾਂਗੇ ਕਿ ਕਿਹੜੇ-ਕਿਹੜੇ ਸਟੂਡੈਂਟ ਦੇ ਜੋ ਚਾਂਸ ਨੇ ਉਹ ਸਿਲੈਕਸ਼ਨ ਹੋਣ ਦੇ ਬਣਦੇ ਜਾ ਰਹੇ ਨੇ ਸੋ ਅਖੀਰ ਤੱਕ ਵੀਡੀਓ ਦੇਖਿਓ ਤਾਂ ਕਿ ਤੁਹਾਡੀ ਜੋ ਸਾਰੀ ਜਾਣਕਾਰੀ ਅਤੇ ਤੁਹਾਡੇ ਚ ਕਿੰਨੇ ਨੰਬਰ ਆਏ ਨੇ ਉਸ ਦੇ ਸੰਬੰਧ ਵਿੱਚ ਤੁਹਾਡੀ ਜੋ ਸਾਰੀ ਪ੍ਰਸ਼ਨ ਨੇ ਉਹ ਸਾਰੇ ਤੁਹਾਡੇ ਕਲੀਅਰ ਹੋ ਸਕਣ ਜੋ ਨਵੀਂ ਅਪਡੇਟ ਆਈ ਹੈ ਇਹਦੇ ਵਿੱਚ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਮੌਕਾ ਮਤਲਬ ਸਾਹਮਣੇ ਆਇਆ ਹੈ ਇਹ ਜਿਹੜੇ ਕੈਂਡੀਡੇਟ ਪਾਸ ਨੇ ਪਰ ਉਹਨਾਂ ਨੂੰ ਅਜੇ ਡਾਕੂਮੈਂਟ ਵੈਰੀਫਿਕੇਸ਼ਨ ਨਹੀਂ ਲਈ ਬੁਲਾਇਆ ਨਹੀਂ ਗਿਆ ਸੀ ਅਤੇ ਜਿਨ੍ਹਾਂ ਦੇ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਹੈ ਉਹਨਾਂ ਨੂੰ ਜੋ ਜੁਆਇਨਿੰਗ ਆ ਵੀ ਉਹ ਕਦੋਂ ਮਿਲਣੀ ਆ ਉਹਦੇ ਸਬੰਧ ਵਿੱਚ ਵੀ ਇਹ ਬਹੁਤ ਮਤਲਬ ਜੋ ਇਨਫੋਰਮੇਸ਼ਨ ਆ ਉਹ ਅਪਡੇਟ ਆਈ ਹੈ ਆਪਣੇ ਸਾਹਮਣੇ ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜੋ ਨਵੀਂ ਅਪਡੇਟ ਆਈ ਹੈ ਜੀ ਵਿਗਿਆਪਨ ਨੰਬਰ ਸੀਆਰ 301 23 ਅਧੀਨ ਸਹਾਇਕ ਲਾਈਨਮੈਨ ਦੀ ਵਿਗਿਆਪਤ 2500 ਨੰਬਰ ਅਸਾਮੀਆਂ ਸੰਬੰਧੀ ਕੁੱਲ 2624 ਨੰਬਰ ਉਮੀਦਵਾਰਾਂ ਨੂੰ ਵੱਖ-ਵੱਖ ਜ਼ੋਨਜ਼ ਅਧੀਨ 23 8 2024 ਤੋਂ ਲੈ ਕੇ 19 9 2024 ਤੱਕ ਦਸਤਾਵੇਜ਼ ਚੈਕਿੰਗ ਤੇ ਹਾਜ਼ਰ ਹੋਣ ਲਈ ਨਿਸ਼ਚਿਤ ਮਿਤੀ ਅਤੇ ਸਥਾਨ ਤੇ ਬੁਲਾਇਆ ਗਿਆ ਸੀ 2500 ਅਸਾਮੀਆਂ ਸੀ ਟੋਟਲ ਜੀ ਉਹਦੇ ਲਈ ਤੁਹਾਡਾ 2624 ਉਮੀਦਵਾਰਾਂ ਨੂੰ ਬੁਲਾਇਆ ਗਿਆ ਸੀ ਵੱਖੋ-ਵੱਖਰੀਆਂ ਜੋ ਜ਼ੋਨਸ ਨੇ ਆਪਣੀਆਂ ਪੰਜ ਉਹਨਾਂ ਦੇ ਵਿੱਚ ਜੋ ਕਿ ਤੁਹਾਨੂੰ ਸਾਡੀਆਂ ਪਿਛਲੀਆਂ ਜੋ ਵੀਡੀਓ ਨੇ ਉਹਨਾਂ ਦੇ ਵਿੱਚ ਤੇ ਇਨਫੋਰਮੇਸ਼ਨ ਤੁਹਾਨੂੰ ਤੁਹਾਡੇ ਤੱਕ ਪਹੁੰਚੀ ਸੀਗੀ ਸੋ ਉਸ ਤੋਂ ਅੱਗੇ ਗੱਲ ਹੈ ਇਸ ਸਮੇਂ ਦੌਰਾਨ ਗੈਰ ਹਾਜ਼ਰ ਹੋਏ ਉਮੀਦਵਾਰਾਂ ਨੂੰ ਦੂਜਾ ਮੌਕਾ ਮਤਲਬ ਕਿ ਆਖਰੀ ਮੌਕਾ ਇਸ ਤੋਂ ਬਾਅਦ ਉਹਨਾਂ ਨੂੰ ਮੌਕਾ ਨਹੀਂ ਮਿਲੂਗਾ ਜਿਹੜੇ ਉਮੀਦਵਾਰ ਗੈਰਹਾਜ਼ਰ ਹੋਏ ਸੀ ਉਸ ਟਾਈਮ ਦਿੰਦੇ ਹੋਏ ਦਸਤੇ ਦਸਤਾਵੇਜ਼ਾਂ ਦੀ ਚੈਕਿੰਗ ਲਈ ਹੇਠ ਦਰਸਾਏ ਪਤੇ ਤੇ ਮਿਤੀ 16 9 2024 ਨੂੰ ਬੁਲਾਇਆ ਜਾਂਦਾ ਹੈ ਮਿਤੀ 16 9 2024 ਨੂੰ ਗੈਰਹਾਜ਼ਰ ਹੋਣ ਵਾਲੇ ਉਮੀਦਵਾਰਾਂ ਦੀ ਉਕਤ ਅਸਾਮੀ ਲਈ ਪਾਤਰਤਾ ਰੱਦ ਕਰ ਦਿੱਤੀ ਜਾਵੇਗੀ ਜੇ ਉਹ 16 9 2024 ਨੂੰ ਵੀ ਨਹੀਂ ਜਾਂਦੇ ਤਾ ਉਹਨਾਂ ਦੀ ਜੋ ਪਾਤਰਤਾ ਮਤਲਬ ਕਿ ਉਹਨਾਂ ਦੀ ਜੋ ਉਮੀਦਵਾਰੀ ਸੀ ਉੱਥੇ ਸੀਟ ਦੇ ਲਈ ਉਹ ਰੱਦ ਹੋ ਜਾਣੀ ਆ ਫਿਰ ਅਗਲੇ ਜੋ ਕੈਂਡੀਡੇਟ ਨੇ ਜਿਹੜੇ ਪੇਪਰ ਪਾਸ ਕਰ ਚੁੱਕੇ ਨੇ ਉਹਨਾਂ ਨੂੰ ਬੁਲਾਇਆ ਜਾਊਗਾ ਹਰ ਇੱਕ ਜ਼ੋਨ ਅਧੀਨ 2 ਨੰਬਰ ਦਸਤਾਵੇਜ਼ ਚੈਕਿੰਗ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ ਹਰੇਕ ਜ਼ੋਨ ਦਸਤਾਵੇਜ਼ ਚੈਕਿੰਗ ਦਾ ਸਥਾਨ ਅਨੁਸਾਰ ਦਰਸਾਇਆ ਗਿਆ ਹੈ ਹੇਠ ਲਿਖੇ ਅਨੁਸਾਰ ਦਰਸਾਇਆ ਗਿਆ ਹੈ ਅਤੇ ਹਰ ਇੱਕ ਉਮੀਦਵਾਰ ਨੇ ਆਪਣੇ ਸਾਹਮਣੇ ਉਸ ਦਾ ਨਾਮ ਜੋਨ ਦਾ ਜੋ ਆਉਂਦਾ ਹੈ ਕਮੇਟੀ ਨੰਬਰ ਉਸ ਦੇ ਅਨੁਸਾਰ 9:30 ਵਜੇ ਹਾਜ਼ਰ ਹੋਣ ਦੀ ਹਦਾਇਤ ਉਹਨੂੰ ਕੀਤੀ ਜਾਂਦੀ ਹੈ ਸੋ ਜਿਨ੍ਹਾਂ ਜਿਨ੍ਹਾਂ ਦਾ ਵੀ ਨਵੀਂ ਲਿਸਟ ਦੇ ਵਿੱਚ ਨਾਮ ਹੈਗਾ ਕਈ ਕੈਂਡੀਡੇਟ ਮਤਲਬ ਜੋ ਐਬਸੈਂਟ ਕੈਂਡੀਡੇਟ ਨੇ ਉਹਨਾਂ ਨੂੰ ਦੁਬਾਰਾ ਮੌਕਾ ਦਿੱਤਾ ਗਿਆ ਪਹਿਲਾਂ ਜੋ ਪਹਿਲੀ ਵਾਰ ਉਹਨਾਂ ਨੂੰ ਦਸਤਾਵੇਜ਼ ਚੈੱਕ ਕਰਾਉਣ ਦੇ ਲਈ ਬੁਲਾਇਆ ਗਿਆ ਸੀ ਉਹ ਉੱਥੇ ਨਹੀਂ ਪਹੁੰਚੇ ਠੀਕ ਹੈ ਜੀ ਇਹ ਉਹਨਾਂ ਲਈ ਆਖਰੀ ਮੌਕਾ ਜੇਕਰ ਉਹ ਜਾਂਦੇ ਨੇ ਠੀਕ ਹੈ ਜੇਕਰ ਕਿਸੇ ਨੂੰ ਪਹਿਲਾ ਕਿਸੇ ਨੂੰ ਨਹੀਂ ਜਾ ਹੋ ਰਿਹਾ ਉਹ ਜਾਇਆ ਗਿਆ ਪਰ ਉਹਨਾਂ ਕੋਲ ਸਾਰੇ ਆਪਣੇ ਡਾਕੂਮੈਂਟ ਕੰਪਲੀਟ ਨੇ ਤਾਂ ਉਹਨਾਂ ਲਈ ਆਖਰੀ ਮੌਕਾ ਜੀ ਇਹ ਆਖਰੀ ਮੌਕਾ ਨਾ ਆਪਣਾ ਖੰਜਾਇਓ ਤਾਂ ਆਪਣੇ ਡਾਕੂਮੈਂਟ ਚੈੱਕ ਕਰਾਓ ਜਾ ਕੇ ਉਸ ਤੋਂ ਬਾਅਦ ਤੁਹਾਨੂੰ ਮੌਕਾ ਨਹੀਂ ਮਿਲੇਗਾ ਡਾਕੂਮੈਂਟ ਚੈੱਕ ਕਰਾਉਣ ਦਾ ਇਸ ਤੋਂ ਇਲਾਵਾ ਇਹ ਸਪਸ਼ਟ ਤੌਰ ਤੇ ਨੋਟ ਕਰ ਲਿਆ ਜਾਵੇ ਕਿ ਕਿਸੇ ਵੀ ਉਮੀਦਵਾਰ ਨੂੰ ਦਸਤਾਵੇਜ਼ ਚੈਕਿੰਗ ਤੇ ਬੁਲਾਏ ਜਾਣ ਨਾਲ ਉਸ ਦੀ ਅਸਾਮੀ ਤੇ ਉਸ ਦਾ ਰੱਖਵਾ ਹੱਕ ਨਹੀਂ ਬਣ ਜਾਵੇਗਾ ਦਸਤਾਵੇਜ਼ ਚੈਕਿੰਗ ਉਪਰੰਤ ਕੈਟਾਗਰੀ ਵਾਈਜ਼ ਵਿਗਿਆਪਤ ਅਸਾਮੀਆਂ ਅਨੁਸਾਰ ਯੋਗ ਉਮੀਦਵਾਰਾਂ ਦੀ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ ਦਸਤਾਵੇਜ਼ ਚੈਕਿੰਗ ਦੌਰਾਨ ਪੇਸ਼ ਕੀਤੇ ਜਾਣ ਵਾਲੇ ਦਸਤਾਵੇਜ਼ਾਂ ਦੀ ਸੂਚੀ ਪੀਐਸਪੀਸੀਐਲ ਦੀ ਵੈੱਬਸਾਈਟ ਤੇ ਜਾਰੀ ਕਰ ਦਿੱਤੀ ਗਈ ਹੈ ਉਮੀਦਵਾਰਾਂ ਨੂੰ ਆਪਣੇ ਦਸਤਾਵੇਜ਼ ਅਸਲ ਰੂਪ ਅਤੇ ਇੱਕ-ਇੱਕ ਫੋਟੋ ਕਾਪੀ ਸੈੱਟ ਨਾਲ ਲੈ ਕੇ ਦਸਤਾਵੇਜ਼ ਚੈਕਿੰਗ ਤੇ ਹਾਜ਼ਰ ਹੋਣ ਦੀ ਹਦਾਇਤ ਕੀਤੀ ਜਾਂਦੀ ਹੈ ਉਮੀਦਵਾਰ ਦੀ ਥਾਂ ਤੇ ਜੇਕਰ ਕੋਈ ਉਸ ਦਾ ਸਹਿਯੋਗੀ ਜਾਂ ਪਰਿਵਾਰਕ ਮੈਂਬਰ ਚੈਕਿੰਗ ਤੇ ਪੇਸ਼ ਹੁੰਦਾ ਹੈ ਤਾਂ ਉਮੀਦਵਾਰ ਨੂੰ ਗੈਰ ਹਾਜ਼ਰ ਮੰਨਿਆ ਜਾਵੇਗਾ ਇਸ ਲਈ ਉਮੀਦਵਾਰ ਨੂੰ ਖੋਦ ਦਸਤਾਵੇਜ਼ ਚੈਕਿੰਗ ਤੇ ਹਾਜ਼ਰ ਹੋਣਾ ਲਾਜ਼ਮੀ ਹੈ ਇਹਦੇ ਵਿੱਚ ਉਹਨਾਂ ਨੇ ਇੱਕ ਦੁਆਰੇ ਕਲੀਅਰ ਕੀਤਾ ਕਿ ਤੁਸੀਂ ਜੋ ਆਪਣੇ ਅਸਲ ਦਸਤਾਵੇਜ਼ ਨੇ ਜੀ ਉਹਨਾਂ ਦੀ ਇੱਕ ਇੱਕ ਫੋਟੋ ਕਾਪੀ ਜੋ ਕਿ 셀ਫ ਅਟੈਸਟਡ ਹੋਵੇਗੀ ਉਹ ਨਾਲ ਲੈ ਕੇ ਜਾਣੀ ਆ ਇਹ ਨਾ ਹੋਵੇ ਕਿ ਉਮੀਦਵਾਰ ਦੀ ਜਗ੍ਹਾ ਤੇ ਕੋਈ ਉਸ ਦਾ ਸਾਥੀ ਜਾਂ ਉਸ ਦਾ ਪਰਿਵਾਰਕ ਮੈਂਬਰ ਡਾਕੂਮੈਂਟ ਚੈੱਕ ਕਰਾਉਣ ਜਾ ਰਿਹਾ ਤਾਂ ਉਹ ਉਮੀਦਵਾਰ ਦੀ ਜੋ ਪਾਤਰਤਾ ਉਹ ਰੱਦ ਹੈ ਉਹਨੂੰ ਖੁਦ ਹੀ ਜਾਣਾ ਪਵੇਗਾ ਡਾਕੂਮੈਂਟ ਚੈੱਕ ਕਰਾਉਣ ਦੇ ਲਈ ਸੋ ਇਹ ਗੱਲਾਂ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਕਿਉਂਕਿ ਪਿਛਲੇ ਸਮੇਂ ਦੌਰਾਨ ਵੀ ਬਹੁਤ ਸਾਰੇ ਜੋ ਸਾਡੇ ਸਟੂਡੈਂਟ ਜਾਂ ਕੈਂਡੀਡੇਟ ਨੇ ਉਹ ਵੀਡੀਓ ਨੂੰ ਪੂਰਾ ਦੇਖਦੇ ਹੀ ਨਹੀਂ ਹਨ ਉਸ ਦੇ ਵਿੱਚੋਂ ਜੋ ਇਨਫੋਰਮੇਸ਼ਨ ਅਧੂਰੀ ਉਹਨਾਂ ਕੋਲ ਚਲੀ ਜਾਂਦੀ ਹੈ ਅਖੀਰ ਤੱਕ ਵੀਡੀਓ ਦੇਖਣਾ ਤੁਹਾਡਾ ਜ਼ਰੂਰੀ ਹੈ ਕਿਉਂਕਿ ਤਾਂ ਕਿ ਤੁਹਾਡੇ ਤੱਕ ਜੋ ਸਹੀ ਇਨਫੋਰਮੇਸ਼ਨ ਪਹੁੰਚ ਸਕੇ। ਇਹ ਤੁਬਰੀ ਇਨਫੋਰਮੇਸ਼ਨ ਹੋਣ ਕਰਕੇ ਫਿਰ ਤੁਹਾਡੇ ਜੋ ਸਵਾਲ ਨੇ ਉਹ ਹੋਰ ਜ਼ਿਆਦਾ ਤੁਹਾਡੇ ਵੱਧ ਜਾਂਦੇ ਨੇ ਅਤੇ ਤੁਹਾਡੀ ਜੋ ਮੁਸ਼ਕਲਾਂ ਜਾਂ ਤੁਹਾਡੀਆਂ ਗਲਤੀਆਂ ਦੇ ਵਿੱਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਵੀ ਉਮੀਦਵਾਰ ਮਿਤੀ 23 8 2024 ਤੋਂ ਮਿਤੀ 10 6 2024 ਤੱਕ ਦਸਤਾਵੇਜ਼ ਦੀ ਚੈਕਿੰਗ ਦੌਰਾਨ ਗੈਰ ਹਾਜ਼ਰ ਹੋ ਗਿਆ ਸੀ ਪਰੰਤੂ ਉਸ ਦਾ ਨਾਮ ਹੀਟ ਦਰਸਾਈ ਸੂਚੀ ਵਿੱਚ ਨਹੀਂ ਹੈ ਉਸ ਉਮੀਦਵਾਰ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਪਹਿਲੀ ਦਸਤਾਵੇਜ਼ ਚੈਕਿੰਗ ਦੀ ਸੂਚੀ ਵਿੱਚ ਦਰਸਾਈ ਸਥਾਨ ਤੇ ਮਿਤੀ 16 9 2024 ਨੂੰ ਚੈਕਿੰਗ ਤੇ ਹਾਜ਼ਰ ਹੋਵੇ ਦਸਤਾਵੇਜ਼ ਦੀ ਚੈਕਿੰਗ ਆ ਉੱਥੇ ਉਹ ਹਾਜ਼ਰ ਹੋਵੇ ਇਹ ਦੇ ਵਿੱਚ ਇਹਨਾਂ ਨੇ ਦੱਸਿਆ ਜੀ ਵੀ ਜਿਹੜੀ ਇਹ ਲਿਸਟ ਹੈ ਲਿਸਟ ਜੋ ਤੁਹਾਡਾ ਇਸ ਚੈਨਲ ਦਾ ਟੈਲੀਗ੍ਰam ਚੈਨਲ ਆ ਜਿਸ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਹੈ ਤੁਹਾਨੂੰ ਅਸੀਂ ਉੱਥੇ ਅਪਲੋਡ ਕਰ ਦਵਾਂਗੇ ਟੈਲੀਗ੍ਰam ਚੈਨਲ ਦੇ ਨਾਲ ਜੁੜੋ ਜੁੜ ਕੇ ਉੱਥੇ ਉਸ ਨੂੰ ਦੇਖੋ ਤੁਸੀਂ ਉਹਨੂੰ ਜੁਆਇਨ ਕਰ ਲਵੋ ਜਿਹੜੀ ਲਿਸਟ ਆ ਉਹਦੇ ਵਿੱਚ ਆਪਣਾ ਨਾਮ ਚੈੱਕ ਕਰ ਲਵੋ ਹਾਂ ਜੇਕਰ ਕਿਸੇ ਦਾ ਜੋ ਗੈਰ ਹਾਜ਼ਰ ਦੀ ਕੈਂਡੀਡੇਟ ਕਿਸੇ ਦਾ ਕੋਈ ਨਾਮ ਅਜੇ ਤੱਕ ਨਹੀਂ ਆਇਆ ਇਸ ਲਿਸਟ ਦੇ ਵਿੱਚ ਤਾਂ ਤੁਸੀਂ ਜਿਹੜੀ ਤੁਹਾਡੀ ਪੁਰਾਣੀ ਲਿਸਟ ਆ ਉਸੇ ਅਨੁਸਾਰ ਜਿਹੜਾ ਤੁਹਾਡਾ ਉੱਥੇ ਟਾਈਮ ਮਤਲਬ ਲਿਖਿਆ ਹੋਇਆ ਸੀ ਸਥਾਨ ਲਿਖਿਆ ਹੋਇਆ ਸੀ ਉਸੇ ਸਥਾਨ ਤੇ ਪਹੁੰਚ ਜਾਓ ਟਾਈਮ ਤੁਹਾਨੂੰ ਉੱਥੇ ਮੌਕੇ ਦੇ ਉੱਪਰ ਦੱਸਿਆ ਜਾਊਗਾ ਫਿਰ ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਅਪਰੋਚ ਆਪਣਾ ਕਮੇਟੀ ਨੂੰ ਮਿਲ ਕੇ ਦੱਸ ਦਿਓ ਵੀ ਮੇਰਾ ਇਸ ਲਿਸਟ ਦੇ ਵਿੱਚ ਨਾਮ ਨਹੀਂ ਆਇਆ ਸੋ ਜਿਹੜੇ ਉਮੀਦਵਾਰ ਗੈਰਹਾਜ਼ਰ ਹੋ ਗਏ ਸੀਗੇ ਉਹ ਉਹਨਾਂ ਦੇ ਲਈ ਆਖਰੀ ਮੌਕਾ ਆਖਰੀ ਮੌਕਾ ਨਾਗਵਾਇਓ ਦੁਬਾਰਾ ਤੁਹਾਨੂੰ ਮੌਕਾ ਨਹੀਂ ਮਿਲਣਾ ਸੋ ਜੇਕਰ ਗੈਰਹਾਜ਼ਰ ਉਮੀਦਵਾਰੇ ਨਹੀਂ ਪਹੁੰਚਦੇ ਤਾਂ ਜਿਹੜੇ ਕੈਂਡੀਡੇਟ ਨਹੀਂ ਬੁਲਾਏ ਗਏ ਤਾਂ ਉਹਨਾਂ ਲਈ ਹੋਰ ਵੀ ਸੁਨਹਿਰੀ ਮੌਕਾ ਹੈ ਉਹਨਾਂ ਨੂੰ ਬੁਲਾਇਆ ਜਾਊਗਾ ਸੋ ਉਹਨਾਂ ਨੂੰ ਬੁਲਾਉਣ ਤੋਂ ਬਾਅਦ ਉਹਨਾਂ ਦੇ ਡਾਕੂਮੈਂਟ ਚੈੱਕ ਹੋਣਗੇ ਉਹਨਾਂ ਨੂੰ ਬੁਲਾਇਆ ਕਦੋਂ ਜਾਊਗਾ ਬੁਲਾਇਆ ਉਹਨਾਂ ਨੂੰ ਮੰਨ ਲਓ ਇਹਨਾਂ ਦੇ ਜੋ ਦੁਬਾਰੇ ਜੋ ਉਹਨਾਂ ਨੂੰ 16 9 ਐ ਤਰੀਕ ਠੀਕ ਹੈ ਜੀ 16 ਤੋਂ ਬਾਅਦ ਕਿੰਨੇ ਚੈੱਕ ਕਰਦੇ ਨੇ ਫਿਰ ਸਾਰਿਆਂ ਦਾ ਦੁਬਾਰੇ ਚੈੱਕ ਹੋਊਗਾ ਜੇ ਫੇਰ ਵੀ ਨਹੀਂ ਆਉਂਦੇ ਫੇਰ ਅਗਲਿਆਂ ਨੂੰ ਬੁਲਾਇਆ ਜਾਊ ਫਿਰ ਇਹਨਾਂ ਦੇ ਜਿਹੜੇ ਹੈਗੇ ਨੇ ਲਿਸਟ ਇੱਕ ਫਾਈਨਲ ਬਣੂਗੀ ਵੀ ਕਿਹੜੇ ਕਿਹੜੇ ਦੇ ਜੋ ਡਾਕੂਮੈਂਟ ਸਹੀ ਪਾਏ ਗਏ ਨੇ ਫਿਰ ਉਹਨਾਂ ਨੂੰ ਜੋ ਜਲਦੀ ਫਿਰ ਜੁਆਇਨਿੰਗ ਲੈਟਰ ਜਾਰੀ ਕੀਤੇ ਜਾਣਗੇ ਫਿਰ ਹੋਊਗਾ ਕਿ ਬਹੁਤ ਸਾਰੇ ਕੈਂਡੀਡੇਟ ਇਹਦੇ ਹਜੇ ਵੀ ਹੋਣਗੇ ਵਿੱਚ ਅਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਜੁਆਇਨਿੰਗ ਲੈਟਰ ਤਾਂ ਮਿਲ ਜਾਊਗਾ ਪਰ ਉਹ ਉਹ ਜੁਆਇਨ ਨਹੀਂ ਕਰਦੇ ਮਤਲਬ ਜੁਆਇਨਿੰਗ ਤੇ ਹੀ ਐਬਸੈਂਟ ਰਹਿੰਦੇ ਨੇ ਤਾਂ ਫਿਰ ਉਹਨਾਂ ਦੇ ਵੀ ਜੋ ਟਾਈਮ ਪੀਰੀਅਡ ਪੂਰਾ ਹੋਣ ਤੋਂ ਬਾਅਦ ਫਿਰ ਅਗਲੇ ਕੈਂਡੀਡੇਟ ਨੂੰ ਮੌਕਾ ਦਿੱਤਾ ਜਾਂਦਾ ਸੋ ਹੁਣ ਜਿਹੜੇ ਸਥਾਨ ਨੇ ਜੀ ਸਥਾਨ ਇੱਕ ਵਾਰ ਧਿਆਨ ਨਾਲ ਦੇਖ ਲਓ ਬੁਲਿਸਟ ਦੇ ਵਿੱਚ ਸਭ ਤੋਂ ਪਹਿਲਾਂ ਜੋ ਹੈੱਡ ਆਫਿਸ ਹੈ ਕਮੇਟੀ ਐਚ ਆਰਡੀ ਟੈਕਨੀਕਲ ਟ੍ਰੇਨਿੰਗ ਇੰਸਟੀਚੂਟ ਸ਼ਕਤੀ ਬਿਹਾਰ ਪਟਿਆਲਾ ਠੀਕ ਹੈ ਜੀ ਸਾਊਥ ਜ਼ੋਨ ਪਟਿਆਲਾ ਕਮੇਟੀ ਨੰਬਰ 1 ਕਮੇਟੀ ਨੰਬਰ 2 ਚੀਫ ਇੰਜੀਨੀਅਰ ਸਾਊਥ ਸ਼ੈਡ ਡੀ 1 ਸ਼ਕਤੀ ਬਿਹਾਰ ਪੀ ਐਸ ਪੀ ਸੀ ਐਲ ਪਟਿਆਲਾ ਐਡਰੈਸ ਉਸ ਤੋਂ ਬਾਅਦ ਕਮੇਟੀ ਨੰਬਰ 2 ਦਾ ਹੈਗਾ ਜੀ ਡਿਪਟੀ ਚੀਫ ਇੰਜੀਨੀਅਰ ਆਪਰੇਸ਼ਨ ਸਰਕਲ 66 ਕੇਵੀ ਗ੍ਰਿਡ ਕਲੋਨੀ ਪੀ ਐਸ ਪੀ ਸੀ ਐਲ ਨੀਅਰ 올ਡ ਬੱਸ ਸਟੈਂਡ ਪਟਿਆਲਾ ਸੈਂਟਰ ਜ਼ੋਨ ਦੀ ਜਿਹੜੀ ਜੀ ਕਮੇਟੀ ਪਹਿਲੀ ਆ ਉਹਦਾ ਮਲਟੀਪਰਪਸ ਹਾਲ ਆਫਿਸ ਆਫ ਚੀਫ ਇੰਜੀਨੀਅਰ ਸੈਂਟਰਲ ਜ਼ੋਨ ਪੀਐਸਪੀਸੀਐਲ ਸਰਾਬਾ ਨਗਰ ਆਪੋਜ਼ਿਟ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਗੇਟ ਨੰਬਰ 1 ਫਿਰੋਜ਼ਪੁਰ ਰੋਡ ਲੁਧਿਆਣਾ ਦੋਏ ਕਮੇਟੀ ਦਾ ਐਡਰੈਸ ਸੇਮ ਹੈ ਜੀ ਉਸ ਤੋਂ ਬਾਅਦ ਜਲੰਧਰ ਦੀ ਕਮੇਟੀ ਆ ਗਈ ਨਾਰਥ ਜ਼ੋਨ ਤੇ ਕਾਨਫਰੈਂਸ ਹਾਲ ਆਫਿਸ ਆਫ ਚੀਫ ਇੰਜੀਨੀਅਰ ਨਾਰਥ ਜ਼ੋਨ ਸ਼ਕਤੀ ਸ਼ਦਨ ਨੀਅਰ ਲਾਇਲਪੁਰ ਖਾਲਸਾ ਕਾਲਜ ਪੀਐਸਪੀਸੀਐਲ ਜਲੰਧਰ ਸੇਮ ਐਡਰੈਸ ਅਗਲਾ ਵੀ ਡਿਪਟੀ ਚੀਫ ਇੰਜੀਨੀਅਰ ਡੀਐਸ ਸਰਕਲ ਸ਼ਕਤੀ ਸਦਨ ਉਸ ਤੋਂ ਬਾਅਦ ਆਗੇ ਜੀ ਬਾਰਡਰ ਜ਼ੋਨ ਅੰਮ੍ਰਿਤਸਰ ਵੀਆਈਪੀ ਗੈਸਟ ਹਸਪਟਾਲਾ ਰੋਡ ਪੀਐਸਪੀਸੀਐਲ ਅੰਮ੍ਰਿਤਸਰ ਵੀਆਈਪੀ ਗੈਸਟ ਹਾਊਸ ਪਡਾਲਾ ਰੋਡ ਪੀਐਸਪੀਸੀਐਲ ਅੰਮ੍ਰਿਤਸਰ ਬੈਸਟ ਜ਼ੋਨ ਦਾ ਜੋ ਹੈ ਬਠਿੰਡੇ ਹੈ ਐਡਰੈਸ ਇਹਦਾ ਹੈ ਜੀ ਫੀਲਡ ਹੋਸਟਲ ਗੁਰੂ ਨਾਨਕ ਦੇਵ ਥਰਮਲ ਪਲਾਂਟ ਪੀਐਸਪੀਸੀਐਲ ਬਠਿੰਡਾ ਸੋ ਇਹਦੇ ਵਿੱਚ ਤੁਹਾਡੀ ਜੋ ਲਿਸਟ ਆ ਲਿਸਟ ਦੇ ਵਿੱਚ ਤੁਹਾਡੇ ਜੋ ਸਹੀਠਾ ਨਾਮ ਲਿਖ ਕੇ ਆਏ ਹੋਏ ਨੇ ਜਿਵੇਂ ਕਿ ਕਿਹੜੇ ਕਿਹੜੇ ਕੈਂਡੀਡੇਟ ਜੋ ਤੁਹਾਡੀ ਜ਼ੋਨ ਲਿਖੀ ਹੋਈ ਆ ਜ਼ੋਨ ਦੇ ਵਿੱਚ ਤੁਹਾਡਾ ਸਾਹਮਣੇ ਨਾਮ ਆ ਕਿਹੜੇ ਕਿਹੜੇ ਐਬ ਸੈਂਟਰ ਰਹੇ ਨੇਗੇ ਤੁਹਾਨੂੰ ਬੁਲਾਇਆ ਗਿਆ ਸੀ ਤੁਹਾਡੇ ਨੰਬਰ ਵੀ ਆਈ ਸੀ ਸਹੀ ਸੋ ਤੁਸੀਂ ਇਹਨਾਂ ਸਾਰਿਆਂ ਨੂੰ ਚੈੱਕ ਕਰ ਲਿਓ ਜਿਹੜੀ ਲਿਸਟ ਆ ਤੁਹਾਨੂੰ ਜੋ ਸਾਡਾ ਟੈਲੀਗ੍ਰam ਚੈਨਲ ਆ ਉਹਦੇ ਉੱਪਰ ਮਿਲ ਜਾਵੇਗੀ ਉਹਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਉਹਦੇ ਨੂੰ ਜਾ ਕੇ ਜੁਆਇਨ ਕਰ ਲਵੋ ਕਲਿੱਕ ਕਰਕੇ ਅਤੇ ਉੱਥੇ ਜਿਹੜੀ ਹੋਰ ਵੀ ਕੋਈ ਨਵੀਂ ਅਪਡੇਟ ਆਉਂਦੀ ਆ ਤੁਹਾਡੇ ਤੱਕ ਸਾਰਿਆਂ ਤੋਂ ਪਹਿਲਾਂ ਪਹੁੰ ਉਸ ਤੋਂ ਇਲਾਵਾ ਜੋ ਸਾਡੇ ਕੈਂਡੀਡੇਟ ਦਾ ਹੋਰ ਪਿਛਲੀ ਵੀਡੀਓ ਦੇ ਉੱਪਰ ਕਮੈਂਟ ਆ ਰਹੇ ਸੀਗੇ ਉਹਨਾਂ ਦੇ ਵਿੱਚ ਉਹਨਾਂ ਦੇ ਸਵਾਲ ਆ ਰਹੇ ਸੀ ਵੀ ਸਾਨੂੰ ਕਦੋਂ ਤੱਕ ਜੁਆਇਨਿੰਗ ਮਿਲ ਜੂਗੀ ਜਾਂ ਅਗਲੀ ਭਰਤੀ ਕਦੋਂ ਆਊਗੀ ਅਗਲੀ ਭਰਤੀ ਜੀ ਅਗਲੇ ਸਾਲ ਹੀ ਆਵੇਗੀ ਜੁਆਇਨਿੰਗ ਆ ਜਿਹੜੀ ਤੁਹਾਡੀ ਜਿੰਨਾ ਟਾਈਮ ਹੈ ਡਾਕੂਮੈਂਟ ਵੈਰੀਫਿਕੇਸ਼ਨ ਇਹਨਾਂ ਦੀ ਸਾਰਿਆਂ ਦੀ ਕੰਪਲੀਟ ਨਹੀਂ ਹੁੰਦੀ ਉਹਨਾਂ ਟਾਈਮ ਤੁਹਾਡੀ ਫਾਈਨਲ ਲਿਸਟ ਨਹੀਂ ਆਉਣੀ ਫਾਈਨਲ ਲਿਸਟ ਆਉਣ ਤੋਂ ਪਹਿਲਾਂ ਤੁਹਾਡੀ ਜੁਆਇਨਿੰਗ ਨਹੀਂ ਹੋਣੀ ਪਰ ਹਾਂ ਇਹ ਜਿਸ ਤਰੀਕੇ ਨਾਲ ਤੁਹਾਡੀ ਆਪਣੀ ਚੱਲ ਰਹੀ ਹੈਗੀ ਡਾਕੂਮੈਂਟ ਵੈਰੀਫਿਕੇਸ਼ਨ ਤਾਂ ਤੁਹਾਡੇ ਜੋ ਜਲਦੀ ਤੁਹਾਨੂੰ ਜੁਆਇਨਿੰਗ ਮਿਲ ਜਾਵੇਗੀ ਜਿੱਦਾਂ ਕਿ ਬਾਕੀ ਹੋਰ ਕਮੈਂਟ ਆ ਰਹੇ ਸੀਗੇ ਉਹਨਾਂ ਦੇ ਵਿੱਚ ਇਹ ਆ ਰਿਹਾ ਸੀ ਵੀ ਸਰ ਸਾਡੇ ਪੇਪਰ ਸਾਡੇ ਪਾਸ ਨੇ ਪਰ ਸਾਨੂੰ ਬੁਲਾਇਆ ਨਹੀਂ ਗਿਆ ਡਾਕੂਮੈਂਟ ਵੈਰੀਫਿਕੇਸ਼ਨ ਦੇ ਵਾਸਤੇ ਸੋ ਤੁਹਾਡੇ ਲਈ ਇਹ ਸੁਨਹਿਰੀ ਮੌਕਾ ਜੀ ਜਿਹੜੇ ਤਕਰੀਬਨ ਇਸ ਲਿਸਟ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਕਿੰਨੇ ਕੈਂਡੀਡੇਟ ਨੇਗੇ ਤਕਰੀਬਨ 50 ਪੇਜ ਨੇ ਦੇਖੋ 50 ਦੇ ਵਿੱਚ ਤੁਸੀਂ ਦੇਖੋ ਇਹਦੇ ਵਿੱਚ ਆਪਾਂ ਟੋਟਲ ਕੈਂਡੀਡੇਟ ਦੇਖਦੇ ਹਾਂ ਜੀ 722 ਕੈਂਡੀਡੇਟ ਨੇ ਜੀ ਠੀਕ ਹੈ ਜੀ 722 ਕੈਂਡੀਡੇਟ ਐਬਸੈਂਟ ਨੇ ਮਤਲਬ ਕਿ ਜੇ ਇਹ ਨਹੀਂ ਜਾਂਦੇ 722 ਇਹਨਾਂ ਦੇ ਵਿੱਚੋਂ ਨਹੀਂ ਗਏ 722 ਦੇ ਨਾਂ ਜਾਣ ਦਾ ਮਤਲਬ ਕਿ ਜੇ ਇਹ ਹੁਣ ਵੀ ਨਹੀਂ ਜਾਂਦੇ ਸੈਕਿੰਡ ਚਾਂਸ ਦੇ ਵਿੱਚ ਤਾਂ ਜਿਹੜੇ ਅਗਲੇ ਕੈਂਡੀਡੇਟ ਨੇ ਮਤਲਬ ਕਿ 722 ਦੇ ਕਰੀਬ ਤਾਂ ਅਗਲੇ ਜਿਹੜੇ ਪਾਸ ਹੋਏ ਕੈਂਡੀਡੇਟ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਤਾਂ ਜਿਹਦੇ ਵੀ ਕੈਂਡੀਡੇਟ ਪਾਸ ਹੋਏ ਨੇ ਉਹਨਾਂ ਲਈ ਇਹ ਬਹੁਤ ਸੁਨਹਿਰੀ ਮੌਕਾ ਜੇ ਇਹ ਕੈਂਡੀਡੇਟ ਉੱਥੇ ਡਾਕੂਮੈਂਟ ਚੈੱਕ ਕਰਨ ਨਹੀਂ ਜਾਂਦੇ ਤਾਂ ਤੁਹਾਡੇ ਲਈ ਖੁਸ਼ਖਬਰੀ ਇੱਕ ਤਰ੍ਹਾਂ ਦੀ ਇਹ ਤੁਹਾਨੂੰ ਮੌਕਾ ਮਿਲੇਗਾ ਤਾਂ ਤੁਸੀਂ ਆਪਣਾ ਤਿਆਰ ਰਹਿਣਾ ਆਪਣੇ ਡਾਕੂਮੈਂਟ ਤਿਆਰ ਰੱਖਣੇ ਨੇ ਕਿਸੇ ਵੀ ਸਮੇਂ ਇਹਨਾਂ ਦੇ ਇਹਨਾਂ ਤੋਂ ਬਾਅਦ ਤੁਹਾਡੀ ਲਿਸਟ ਅਪਡੇਟ ਹੋ ਸਕਦੀ ਹੈਗੀ ਜਦੋਂ ਵੀ ਉਹ ਲਿਸਟ ਅਪਡੇਟ ਹੁੰਦੀ ਹੈ ਤੁਹਾਨੂੰ ਸਾਡੇ ਇਸੇ ਚੈਨਲ ਤੇ ਉਹਦੀ ਇਨਫਰਮੇਸ਼ਨ ਮਿਲ ਜਾਏਗੀ ਇਨਫਰਮੇਸ਼ਨ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਦੇ ਵੇ ਬੱਦ ਤੋਂ ਬੱਦ ਜਿੰਨੇ ਵੀ ਤੁਹਾਡੇ WhatsApp ਗਰੁੱਪ ਨੇ ਉੱਤੇ ਸ਼ੇਅਰ ਕਰ ਦੇਵੋ ਤਾਂ ਕਿ ਤੁਹਾਡੇ ਵੱੱਦ ਤੋਂ ਵੱੱਦ ਦੋਸਤਾਂ ਤੱਕ ਪਹੁੰਚ ਸਕੇ ਉਸ ਤੋਂ ਇਲਾਵਾ ਜੋ Telegram ਚੈਨਲ ਆ ਉਹਨੂੰ ਵੀ ਜੁਆਇਨ ਕਰ ਲਵੋ ਜੇ ਉੱਥੇ ਅਪਡੇਟ ਆਉਂਦੀ ਆ ਉਹ ਵੀ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਜਾਵੇ Facebook ਪੇਜ ਦਾ ਵੀ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਹੈ ਉਹਨੂੰ ਵੀ ਜੁਆਇਨ ਕਰ ਲਵੋ ਸੋ ਜੇਕਰ ਤੁਹਾਨੂੰ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਵੱੱਦ ਤੋਂ ਵੱੱਦ ਲਾਈਕ ਅਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇ ਵਿੱਚ ਤੁਹਾਡਾ ਕੋਈ ਵੀ ਪ੍ਰਸ਼ਨ ਹੈ ਇਸ ਵੀਡੀਓ ਦੇ ਸੰਬੰਧੀ ਉਹ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਹਾਡਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਸੋ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ